ਸੱਪ ਦੇ ਡੰਗ ਦਾ ਫੌਰੀ ਇਲਾਜ ਐਮਰਜੈਂਸੀ 'ਚ ਕੀ ਕਰਨਾ ਚਾਹੀਦਾ? ਡਾਕਟਰ ਮਨਜ਼ੂਰ ਅਹਿਮਦ ਬੱਟ, ਐਮਰਜੈਂਸੀ ਟ੍ਰੇਨਰ, ਐਮਰਜੈਂਸੀ 'ਚ ਕੀ ਕਰਨਾ ਚਾਹੀਦਾ ਇਹ ਟ੍ਰੇਨਿੰਗ ਦਿੰਦੇ ਹੋਇਆਂ, ਐਮਰਜੈਂਸੀ ਸਟਾਫ ਨੂੰ ਟ੍ਰੇਨਿੰਗ ਦਿੰਦੇ ਹੋਇਆਂ? ਜੀ ਆਇਆਂ ਨੂੰ ਜੀ ਵੈਲਕਮ। ਇਸ ਵੀਡੀਓ 'ਚ ਮੈਂ ਤੁਹਾਨੂੰ ਸੱਪ ਦੇ ਡੰਗ ਦੇ ਬਾਰੇ 'ਚ ਦੱਸਾਂਗਾ ਕਿ ਅਗਰ ਕਿਸੇ ਬੰਦੇ ਨੂੰ ਸੱਪ ਡੰਗ ਮਾਰ ਲਏ ਤਾਂ ਕੀ ਕਰਨਾ ਚਾਹੀਦਾ। ਅਤੇ ਸਭ ਤੋਂ ਪਹਿਲੇ ਤਾਂ ਤੁਹਾਨੂੰ ਜਿਹੜੀ ਪੁਰਾਣੀ ਗੱਲਾਂ ਸਿੱਖੀਆਂ ਨੂੰ ਭੁੱਲਣੀਆਂ ਪੈਣਗੀਆਂ, ਕਿਉਂਕਿ ਅੱਜ ਕੱਲ੍ਹ ਉਹ ਨਹੀਂ ਚੱਲਦੀ। ਪਹਿਲੇ ਇਹ ਸੀ ਕਿ ਜਦੋਂ ਕੋਈ ਸੱਪ ਕੱਟਦਾ ਸੀ ਤਾਂ ਉੱਥੇ ਰੱਸੀ ਬੰਨ੍ਹ ਦਿੰਦੇ ਸਨ ਅਤੇ ਚਾਕੂ ਨਾਲ ਜ਼ਖਮ ਲਾ ਕੇ, ਅਤੇ ਦੂਸਰਾ ਫਿਲਮਾਂ 'ਚ ਵੀ ਨਜ਼ਰ ਆਉਂਦਾ ਨਾ ਕਿ ਉਹ ਜ਼ਹਿਰ ਚੂਸ ਕੇ ਬਾਹਰ ਕੱਢਦੇ ਸਨ। ਐਸੀ ਗਲਤੀ ਤਾਂ ਤੁਸੀਂ ਨਹੀਂ ਕਰਨੀ ਜੀ, ਕਿਉਂਕਿ ਅੱਜ ਕੱਲ੍ਹ ਇਹ ਬਿਲਕੁਲ ਜਾਨਲੇਵਾ ਕੰਮ ਹੈ ਜੀ। ਅਗਰ ਕਿਸੇ ਬੰਦੇ ਨੂੰ ਸੱਪ ਲੜ ਗਿਆ, ਸੱਪ ਨੇ ਡੰਗ ਮਾਰਤਾ, ਅਤੇ ਸਭ ਤੋਂ ਪਹਿਲਾ ਕੰਮ ਹੈ ਉਸ ਬੰਦੇ ਦੀ ਉਹ ਜਗ੍ਹਾ ਜਿੱਥੇ ਸੱਪ ਕੱਟਿਆ ਉਹਨੂੰ ਤੁਸੀਂ ਦਿਲ ਦੇ ਹਿਸਾਬ ਤੋਂ ਥੱਲੇ ਰੱਖੋ, ਯਾਨੀ ਉਸਦੇ ਉਸ ਹਿੱਸੇ ਨੂੰ ਜਿਸਮ ਤੋਂ ਉੱਤੇ ਨਾ ਕਰੋ। ਦੂਸਰਾ ਹੈ ਕਿ ਜੀ ਬਿਲਕੁਲ ਉਹ ਹਿੱਸਾ ਮੂਵ ਨਹੀਂ ਕਰਨਾ ਚਾਹੀਦਾ, ਹਿੱਲਣ ਹੀ ਨਹੀਂ ਦੇਣਾ ਉਸ ਹਿੱਸੇ ਨੂੰ। ਅਤੇ ਮੁਮਕਿਨ ਹੋਏ ਤਾਂ ਤੁਸੀਂ ਕੋਈ ਫੱਟੀ ਲੈ ਕੇ ਉੱਥੇ ਐਸੀ ਬੰਨ੍ਹ ਦਿਓ, ਲੱਤ ਜਾਂ ਜੋ ਵੀ ਜਗ੍ਹਾ। ਅਮੂਮਨ ਤਾਂ ਪੈਰ 'ਤੇ ਹੀ ਕੱਟਦਾ ਸੱਪ, ਪੈਰ 'ਤੇ ਜਾਂ ਥਲਵੀਂ ਲੱਤ 'ਤੇ, ਅਤੇ ਬਹਰਹਾਲ ਜਿੱਥੇ ਵੀ ਕੱਟਿਆ ਉੱਥੇ ਨਾ ਤਾਂ ਛੁਰੀ ਨਾਲ ਜ਼ਖਮ ਬਣਾਉਣਾ, ਨਾ ਮੂੰਹ ਨਾਲ ਚੂਸਣਾ। ਤੁਸੀਂ ਬਸ ਇਹ ਕਰਨਾ ਕਿ ਉਸ ਜਗ੍ਹਾ ਨੂੰ ਹਿੱਲਣ ਨਹੀਂ ਦੇਣਾ। ਜਿਤਨਾ ਉਹ ਜਗ੍ਹਾ ਹਿੱਲਸੀ ਉਤਨਾ ਜਿਹੜਾ ਜ਼ਹਿਰ ਹੈ ਫੈਲੇਗਾ, ਅਤੇ ਉਹ ਜਗ੍ਹਾ ਨੂੰ ਦਿਲ ਦੇ ਹਿਸਾਬ ਲੈਵਲ ਨਾਲ ਥੱਲੇ ਹੀ ਰੱਖਣਾ। ਅਤੇ ਫੌਰੀ ਤੌਰ ਤੁਸੀਂ ਕਾਲ ਕਰੋ ਹੈਲਪ ਵਾਸਤੇ। ਅਤੇ ਸੱਪ ਮਾਰਨੇ ਦੀ ਅਤੇ ਸੱਪ ਨਾਲ ਲਿਆਉਣ ਦੀ ਕੋਈ ਲੋੜ ਨਹੀਂ ਜੀ। ਪਹਿਲੇ ਜ਼ਮਾਨੇ 'ਚ ਇਹ ਹੁੰਦਾ ਸੀ ਕਿਸੇ ਦਿਹਾਤ ਗ੍ਰਾਂ 'ਚ ਸੱਪ ਲੜਦਾ ਸੀ ਅਤੇ ਸੱਪ ਜਿਹੜੇ ਗ੍ਰਾਂ ਦੇ ਬੰਦੇ ਨੇ ਉਹ ਸੱਪ ਮਾਰ ਕੇ ਵੀ ਡਾਕਟਰ ਕੋਲ ਨਾਲ ਹੀ ਲੈ ਆਉਂਦੇ ਸਨ। ਉਹਦੀ ਲੋੜ ਨਹੀਂ ਜੀ, ਕਿਉਂਕਿ ਅੱਜ ਕੱਲ੍ਹ ਜਿਹੜਾ ਟੀਕਾ ਹੈ ਉਹਨੂੰ ਕਹਿੰਦੇ ਨੇ ਪੋਲੀ ਵੈਲੈਂਟ ਐਂਟੀਸਨੇਕ ਵੈਨਮ, ਯਾਨੀ ਉਸੇ ਚਾਰ ਵੱਡੇ ਕਿਸਮ ਦੇ ਸੱਪਾਂ ਦੇ ਜ਼ਹਿਰ ਦਾ ਅਸਰ ਹੁੰਦਾ। ਚਾਰਾਂ 'ਚੋਂ ਕੋਈ ਵੀ ਸੱਪ ਨੇ ਡੰਗ ਮਾਰਿਆ ਹੋਇਆ ਤਾਂ ਉਹ ਟੀਕਾ ਚਾਰਾਂ 'ਤੇ ਲੱਗਦਾ ਜੀ, ਮਤਲਬ ਉਸ ਟੀਕੇ ਦੇ ਅੰਦਰ ਸਿਲਾਈ ਹੈ ਅਤੇ ਚਾਰਾਂ ਦੇ ਡੰਗ ਤੋਂ ਮਹਿਫੂਜ਼ ਕਰ ਸਕਦਾ ਜੀ। ਅਤੇ ਸੱਪ ਅਗਰ ਬਹੁਤ ਖਤਰਨਾਕ ਔਰ ਜ਼ਹਿਰੀਲਾ ਹੋਇਆ ਤਾਂ ਤਕਰੀਬਨ ਅੱਧੇ ਤੋਂ ਇੱਕ ਘੰਟੇ 'ਚ ਮੌਤ ਵਾਕਿਆ ਹੋ ਜਾਂਦੀ ਹੈ। ਅਤੇ ਇਹ ਤੁਸੀਂ ਦੇਖਣਾ ਹੈ ਕਿ ਉਸ ਬੰਦੇ ਨੂੰ ਫੌਰਨ ਸ਼ਿਫਟ ਕਰਨਾ ਹੈ। ਅਤੇ ਦੂਸਰੀ ਗੱਲ ਇਹ ਹੈ ਜੀ ਕਿ ਯਾਨੀ ਉਸ ਹਿੱਸੇ ਨੂੰ ਹਿੱਲਣੇ ਨਹੀਂ ਦੇਣਾ, ਬਸ ਇਸ ਤਰ੍ਹਾਂ ਪਹੁੰਚਾਉਣਾ ਬੰਦੇ ਨੂੰ ਕਿ ਉਹ ਹਸਪਤਾਲ ਪਹੁੰਚੇ ਔਰ ਉਹਦੇ ਉਹ ਹਿੱਸਾ ਜਿੱਥੇ ਡੰਗ ਲੱਗਿਆ ਉਹ ਹਿੱਲੇ ਨਾ ਜ਼ਰਾ ਵੀ। ਅਤੇ ਇਹ ਜਿਹੜਾ ਟੀਕਾ ਮੌਜੂਦ ਹੈ ਜੀ, ਇਹ ਟੀਕਾ ਇਸ 'ਚ ਵੀ ਉਧਾਰ ਦੀ ਮੁਦਾਫੀਅਤ ਹੁੰਦੀ ਹੈ। ਇਹ ਸਿਹਤਮੰਦ ਘੋੜਿਆਂ ਨੂੰ ਇਹ ਚਾਰ ਮੁਖਤਲਿਫ ਕਿਸਮ ਦੇ ਜ਼ਹਿਰ ਦੇ ਟੀਕੇ ਲਾਏ ਜਾਂਦੇ ਨੇ, ਪਰ ਇਤਨੀ ਮਿਕਦਾਰ ਨਹੀਂ ਕਿ ਉਹ ਮਰ ਜਾਣ ਘੋੜੇ। ਤਾਂ ਉਹਨਾਂ ਦੇ ਅੰਦਰ ਤਕਰੀਬਨ 4 ਤੋਂ 6 ਹਫ਼ਤਿਆਂ 'ਚ ਇਹ ਮੁਜ਼ਾਹਮਤ ਆ ਜਾਂਦੀ ਹੈ, ਮੁਦਾਫੀਅਤ ਮੁਜ਼ਾਹਮਤ, ਜਾਂ ਇਸ ਦੇ ਖਿਲਾਫ ਐਂਟੀਬੋਡੀਜ਼ ਬਣ ਜਾਂਦੀਆਂ ਨੇ। ਅਤੇ ਉਹ ਅਸੀਂ ਟੀਕੇ ਦੀ ਸ਼ਕਲ 'ਚ ਬਣਾ ਕੇ ਰੱਖ ਲੈਂਦੇ ਹਾਂ ਪਹਿਲਾਂ ਹੀ, ਤਕਰੀਬਨ ਹਰ ਹਸਪਤਾਲ 'ਚ ਮੌਜੂਦ ਹੁੰਦਾ ਹੈ ਟੀਕਾ। ਅਤੇ ਟੀਕਾ ਇਹ ਵੀ ਹਰ ਬੰਦਾ ਨਹੀਂ ਲਾ ਸਕਦਾ ਜੀ, ਕਿਉਂਕਿ ਇਹ ਵੀ ਸੀਰਮ ਹੈ, ਦੂਸਰੇ ਜਾਨਵਰ ਦਾ ਬਣਿਆ ਹੈ, ਦੂਸਰੇ ਜਾਨਵਰ 'ਚ ਬਣਿਆ। ਅਤੇ ਟੀਕਾ ਰਿਐਕਸ਼ਨ ਕਰਕੇ ਖੁਦ ਮੌਤ ਵਾਕਿਆ ਕਰ ਸਕਦਾ ਹੈ। ਅਤੇ ਇਹ ਟੀਕਾ ਘਰ ਨਹੀਂ ਲਾਉਣਾ, ਇਹ ਵੀ ਹਸਪਤਾਲ 'ਚ ਹੀ ਲੱਗੇਗਾ। ਅਤੇ ਬਸ ਇਹ ਤੁਸੀਂ ਖਿਆਲ ਰੱਖੋ ਜੀ, ਬੰਦੇ ਨੂੰ ਪਹੁੰਚਾਓ, ਮੂੰਹ ਤੋਂ ਚੂਸਣਾ ਨਹੀਂ ਜ਼ਖਮ, ਚਾਕੂ ਨਾਲ ਕੱਟਣਾ ਨਹੀਂ, ਬਰਫ਼ ਨਹੀਂ ਲਾਉਣੀ, ਟਕੋਰ ਨਹੀਂ ਕਰਨੀ, ਕਿਸੇ ਕਿਸਮ ਦੀ ਕੋਈ ਦਵਾਈ ਨਹੀਂ ਦੇਣੀ ਜੀ, ਨਾ ਉਹਨੂੰ ਅਲਕੋਹਲ ਪਿਲਾਉਣੀ ਹੈ, ਨਾ ਸ਼ਰਾਬ ਪਿਲਾਉਣੀ ਹੈ, ਨਾ ਉਹਨੂੰ ਕੋਈ ਗੋਲੀਆਂ ਐਸੀ ਖਵਾਉਣੀਆਂ ਹਨ। ਜਿਸ ਤਰ੍ਹਾਂ ਮੁਮਕਿਨ ਹੋਏ ਤੁਸੀਂ ਪਹੁੰਚਾਓ। 2 ਕਿਸਮ ਦੇ ਜ਼ਹਿਰ ਨੇ ਵੱਡੇ, ਇੱਕ ਤਾਂ ਹੈ ਕਿ ਜਿਹੜਾ ਖੂਨ ਕੱਢ ਕੇ ਮਾਰ ਦਿੰਦਾ, ਬੰਦੇ ਦੇ ਖੂਨ ਜੰਮਣੇ ਦੀ ਸਲਾਹੀਅਤ ਖਤਮ ਕਰ ਦਿੰਦੇ ਨੇ ਅਤੇ ਬਲੀਡਿੰਗ ਹੋ ਜਾਂਦੀ ਹੈ, ਬੰਦੇ ਦੇ ਅੰਦਰ ਖੂਨ ਨਿਕਲ ਆਉਂਦਾ। ਅਤੇ ਦੂਸਰਾ ਇਹ ਜਿਹੜਾ ਫਾਲਿਸ਼ ਕਰਕੇ ਮਾਰਦੇ ਨੇ, ਬਾਜ਼ ਜ਼ਹਿਰ ਐਸੇ ਨੇ, ਬਾਜ਼ ਸੱਪਾਂ ਦੇ ਜ਼ਹਿਰ ਜਿਹੜੇ ਜਿਸਮ ਵਿੱਚ ਦਾਖਲ ਹੁੰਦੇ ਹੀ ਤਮਾਮ ਹਿੱਸੇ ਨੂੰ ਫਾਲਿਸ਼ ਕਰ ਦਿੰਦੇ ਨੇ, ਤਾਂ ਕਿ ਸਾਹ ਵੀ ਨਹੀਂ ਲੈਣ ਦਿੰਦੇ। ਅਤੇ ਅੱਧੇ ਤੋਂ 1 ਘੰਟੇ 'ਚ ਮੌਤ ਵਾਕਿਆ ਹੋ ਸਕਦੀ ਹੈ। ਅਮੂਮਨ ਜਿਹੜੇ ਸੱਪ ਹੁੰਦੇ ਨੇ, ਡਰ ਉਹਨਾਂ ਦਾ ਜ਼ਿਆਦਾ ਹੁੰਦਾ ਅਤੇ ਅਕਸਰੀਅਤ ਸੱਪ ਜ਼ਹਿਰੀਲੇ ਨਹੀਂ ਹੁੰਦੇ। ਬਹਰਹਾਲ ਇਹ ਕਿਉਂਕਿ ਇਸ ਦੀ ਤਜਰਬਾ ਕਰਕੇ ਦੇਖ ਨਹੀਂ ਸਕਦੇ, ਹਰ ਕਿਸਮ ਦੇ ਸੱਪ ਕੱਟਣੇ 'ਚ ਤੁਸੀਂ ਹਸਪਤਾਲ ਲਿਆਓ, ਅਤੇ ਉੱਥੇ ਸੱਪ ਮਾਰਨੇ ਦੀ ਲੋੜ ਨਹੀਂ, ਨਾ ਹੀ ਸੱਪ ਲਿਆਉਣੇ ਦੀ ਲੋੜ ਹੈ। ਟੀਕਾ ਜਿਹੜਾ ਵੀ ਆ ਉਸ 'ਚ 4 ਬੜੀ ਕਿਸਮ ਦੇ ਸੱਪਾਂ ਦਾ ਜ਼ਹਿਰ ਦਾ ਤਰੀਆਕ ਹੈ, ਯਾਨੀ ਇਹਨਾਂ 4 ਵੱਡੀ ਕਿਸਮਾਂ 'ਚੋਂ ਕਿਸੇ ਵੀ ਸੱਪ ਨੇ ਕੱਟਿਆ ਹੋਇਆ ਤਾਂ ਉਹ ਠੀਕ ਕਰ ਲੈਂਦਾ। ਅਤੇ
ਉਮੀਦ ਹੈ ਇਹ ਮਾਲੂਮਾਤ ਤੁਹਾਡੇ ਕੰਮ ਆਉਣਗੀਆਂ, ਕਿਉਂਕਿ ਗਾਵਾਂ ਦਿਹਾਤਾਂ 'ਚ ਸੱਪ ਕੱਟਣੇ ਦੀ ਖਾਸ ਕਰ ਅੱਜ ਕੱਲ੍ਹ ਬਾਰਿਸ਼ਾਂ ਦਾ ਮੌਸਮ ਹੈ, ਗਰਮੀ ਬਾਰਿਸ਼ ਇਸ ਵਿੱਚ ਸੱਪ ਜ਼ਿਆਦਾ ਹੋ ਜਾਂਦੇ, ਅਤੇ ਇਸ ਦਰਖਾਸਤ ਨਾਲ ਕਿ ਅੱਲਾ ਤੁਹਾਡੀ ਅਤੇ ਤੁਹਾਡੇ ਸਾਰਿਆਂ ਦੀ ਹਿਫਾਜ਼ਤ ਕਰੇ, ਤੁਹਾਡੇ ਕੋਲੋਂ ਫਿਰ ਇਜਾਜ਼ਤ ਲਵਾਂਗਾ ਜੀ, ਰੱਬ ਰਾਖਾ।